ਚਲੋ ਜੀ ਬੋਲੀਏ ਸ਼੍ਰੀ ਗਣੇਸ਼। ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀਂ। ਤੁਸੀਂ ਘੁੰਮਣ ਘੇਰੀ ਉਹ ਉਸ ਦਰਿਆ ਦੀ ਜਿਹੜੀ ਬੇੜੀ ਦੇ ਮਲਾਹ ਨਾਲ ਬਣਦੀ ਨਹੀਂ। ਤੁਹਾਨੂੰ ਨੀਵੇਂ ਚੰਗੇ ਨਹੀਂ ਲੱਗਦੇ, ਸਾਡੀ ਪਰ ਉੱਚਿਆਂ ਨਾਲ ਬਣਦੀ ਨਹੀਂ। ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ ਅਹਿਸਾਸ ਉਹਨਾਂ ਦਾ ਸਾਨੂੰ ਆ, ਅਸੀਂ 100 ਜਨਮਾਂ ਤੋਂ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ। ਅਸੀਂ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਤਾਂ ਕਾਫਰ ਅਖਵਾਉਣੇ ਆ। ਤੁਸੀਂ ਜਿਸ ਖੁਦਾ ਦੇ ਨਾਂ ਤੇ ਠੱਗਦੇ ਹੋ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ। ਕਲੰਦਰਾਂ ਦੀ ਇਸ ਮਸਤੀ ਦੌਰਾਨ ਆਪ ਸਭ ਪਰਿਵਾਰਾਂ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਤੁਹਾਡਾ ਜੱਸੀ ਢੰਡੀਆਂ, ਜੱਸੀ ਸੰਧੂ ਪਿੰਡ ਢੰਡੀਆਂ, ਸਰਦਾਰ ਲਾਲ ਸਿੰਘ। ਬਹੁਤ ਬਹੁਤ ਸਵਾਗਤ ਹੈ ਜੀ ਮਸਤੀ ਮਸਤ ਕਲੰਦਰਾਂ ਦੇ ਵਿੱਚ। ਅੱਜ ਵੀ ਆਪਣੇ ਕੋਲ ਬਹੁਤ ਸਾਰੀਆਂ ਖਬਰਾਂ ਨੇ, ਆਪਾਂ ਬਹੁਤ ਜ਼ਿਆਦਾ ਟਾਈਮ ਨਹੀਂ ਲਾਉਣਾ, ਬਸ ਆਪਾਂ ਕੁਇਕ ਦੇ ਵਿੱਚ ਜਿੰਨੀਆਂ ਖਬਰਾਂ ਆਪਣੇ ਕੋਲ ਹੋ ਸਕੀਆਂ ਆਪਾਂ ਕਵਰ ਕਰ ਲੈਣੀਆਂ। ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੇਂਜਸ ਆਈਆਂ ਨੇ, ਤੁਹਾਡੇ ਕੰਮ ਆਉਣਗੀਆਂ ਇਹ ਚੇਂਜਸ। ਬੇਸ਼ੱਕ ਤੁਸੀਂ ਇੱਥੇ ਕੈਨੇਡਾ ਵਿੱਚ PR ਸਿਟੀਜ਼ਨ ਵੀ ਹੋ ਚੁੱਕੇ ਹੋ, ਇਮੀਗ੍ਰੇਸ਼ਨ ਦਾ ਵਾਹ ਵਾਸਤਾ ਰਹਿਣਾ ਹੀ ਰਹਿਣਾ ਵਾ, ਕਿਉਂਕਿ ਸਾਡੀਆਂ ਜ਼ਮੀਨਾਂ ਉੱਥੇ ਨੇ, ਸਾਡੇ ਰਿਸ਼ਤੇਦਾਰ ਉੱਥੇ ਨੇ, ਭੈਣ ਭਰਾ ਉੱਥੇ ਨੇ। ਜਿੰਨੀ ਇਨਫੋਰਮੇਸ਼ਨ ਸਾਡੇ ਕੋਲ ਜ਼ਿਆਦਾ ਹੋਵੇਗੀ ਓਨੀ ਹੀ ਸਾਡੇ ਨਾਲ। ਇੱਕ ਵਾਰੀ ਮੈਨੂੰ ਚੇਤਾ, ਬਹੁਤ ਛੋਟਿਆਂ ਹੁੰਦਿਆਂ ਘਰ ਦੇ ਵਿੱਚ ਨਾ ਫਰਸ਼ ਪੈਣੀ ਸੀਗੀ, ਮੈਂ ਗੱਲ ਕਰਦਾ 94 ਵਗੈਰਾ ਦੇ, ਚਿਪਸ ਪਾਉਣੀ ਸੀਗੀ, 92 ਦੀ ਗੱਲ ਮੇਰੀ ਗੱਲ, ਮੈਂ ਬਹੁਤ ਛੋਟਾ ਜਿਹਾ ਸੀਗਾ। ਅਤੇ ਉਹ ਮੇਰੀ ਬੇਬੇ ਉੱਥੇ ਰੋਟੀ ਕੁੱਟੀ ਜਾਣ, ਬੰਦੇ ਆਪਣਾ ਰੋਟੀ ਕੁੱਟਦੇ ਥੱਲੇ ਪਾਸੇ, ਤਾਂ ਮੇਰੀ ਬੇਬੇ ਕਹਿੰਦੀ ਕਿ ਜਿੰਨੀ ਵੱਧ ਕੁੱਟੋਗੇ ਓਨੀ ਘੱਟ ਆ। ਮੈਂ ਕਹਿ ਲਈ ਵੀ ਇਸ ਗੱਲ ਦਾ ਕੀ ਮਤਲਬ ਹੋਵੇਗਾ, ਪਰ ਹੁਣ ਇਹ ਸਮਝ ਲੱਗੀ ਆ ਕਿ ਇਹ ਸੇਮ ਚੀਜ਼ ਆ। ਇਨਫੋਰਮੇਸ਼ਨ ਜਿੰਨੀ ਜ਼ਿਆਦਾ ਹੋਵੇਗੀ ਓਨੀ ਘੱਟ ਤਾਂ ਵਾ, ਕਿਉਂਕਿ ਇਨਫੋਰਮੇਸ਼ਨ ਹਰ ਰੋਜ਼ ਚੇਂਜ ਹੁੰਦੀ ਰਹਿੰਦੀ ਆ, ਅਤੇ ਸਾਨੂੰ ਵੀ ਉਹਦੇ ਨਾਲ ਨਾਲ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਆਪਾਂ ਅੱਗੇ ਵੀ ਗੱਲਾਂ ਕੀਤੀਆਂ ਨੇ, ਕਈ ਵਾਰੀ ਜਿਹੜੇ ਛੋਟੇ ਬੱਚੇ ਨੂੰ 20-21-22 ਸਾਲ ਤੱਕ ਦੇ, ਆਪਾਂ ਕਹਿੰਦੇ ਅਸੀਂ ਕੀ ਲੈਣਾ ਦੁਨੀਆਂ ਤੋਂ। ਇਹ ਠੀਕ ਹੈ ਇੱਕ ਲੈਵਲ ਤੱਕ, ਪਰ ਦੁਨੀਆਂ ਦੇ ਵਿੱਚ ਜੇ ਰਹਿਣਾ ਵਾ ਤਾਂ ਤੁਹਾਨੂੰ ਦੁਨੀਆਂ ਦੇ ਆਸੇ ਪਾਸੇ ਪਤਾ ਹੋਣਾ ਚਾਹੀਦਾ ਹੈ ਕਿ ਮਾਰਕੀਟ ਕੀ ਕਰ ਰਹੀ ਹੈ, ਆਉਣ ਵਾਲਾ ਫਿਊਚਰ ਕਿਹੋ ਜਿਹਾ ਹੈ, ਕਿਹੋ ਜਿਹੇ ਡਿਸੀਜ਼ਨ ਲੈਣੇ ਹਨ। ਇੰਡੀਆ ਮੋਟਰਾਂ 'ਤੇ ਬਹਿ ਕੇ ਹੁਣ ਨਹੀਂ ਸਰਨਾ ਕਿ ਕਰੋ ਉੱਠੇ, ਮੋਟਰ ਚਲੇ ਗਏ, ਦੁਨੀਆਂ 'ਚ ਕੀ ਹੋ ਰਿਹਾ, ਕੋਈ ਲੈਣ ਦੇਣ ਨਹੀਂ। ਹੁਣ ਤੁਸੀਂ ਇੱਕ ਦੁਨੀਆਂ ਦੀ ਇਹੋ ਜਿਹੀ ਕੰਟਰੀ 'ਚ ਆ ਚੁੱਕੇ ਹਾਂ ਜਿਹਨੂੰ ਕੈਪੀਟਲਾਈਜ਼ ਸਿਸਟਮ ਕਹਿੰਦੇ ਨੇ। ਕੈਪੀਟਲਾਈਜ਼ ਸਿਸਟਮ ਉਹ ਹੁੰਦਾ ਹੈ ਜਿੱਥੇ ਪੈਸਾ ਹੀ ਕੰਮ ਕਰਦਾ, ਹੋਰ ਕੁਛ ਕੰਮ ਨਹੀਂ ਕਰਦਾ, ਪੈਸਾ ਦਾ ਸਿਸਟਮ ਕੰਮ ਕਰਦਾ ਹੈ। ਸੋ ਤੁਸੀਂ ਕੈਪੀਟਲਾਈਜ਼ ਸਿਸਟਮ ਦੇ ਵਿੱਚ ਹੋ, ਜਿਹੜੇ ਲੋਕ ਕੈਪੀਟਲਾਈਜ਼ ਸਿਸਟਮ 'ਚ ਰਹਿੰਦੇ ਨੇ ਉਹਨਾਂ ਨੂੰ ਆਪਦੇ ਆਲੇ ਦੁਆਲੇ ਦੀ ਮੈਕਸੀਮਮ ਇਨਫੋਰਮੇਸ਼ਨ ਰੱਖਣੀ ਜ਼ਰੂਰੀ ਹੈ। ਸੋ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ। ਨਿਊ ਬ੍ਰਾਂਸਵਿਕ ਦੇ ਲੋਕਾਂ ਦੇ ਲਈ ਇੱਕ ਹੋਰ ਖਬਰ ਇਹ ਆਈ ਆ ਕਿ ਜੇ ਤੁਸੀਂ ਨਿਊ ਬ੍ਰਾਂਸਵਿਕ ਦੇ ਵਿੱਚ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਇੱਥੇ AIP ਡੈਜੀਗਨੇਟਡ ਇੰਪਲੋਇਰ ਨਹੀਂ ਮਿਲ ਰਿਹਾ, ਅਤੇ ਇਹਨਾਂ ਨੇ ਆਪਦਾ ਜਿਹੜਾ ਸਕਿੱਲਡ ਵਰਕਰ ਵਾਲਾ ਪ੍ਰੋਗਰਾਮ ਹੈ ਉਹ ਬੰਦ ਕਰ ਦਿੱਤਾ ਹੈ, ਪੌਜ਼ ਕਰ ਦਿੱਤਾ ਹੈ, ਤਾਂ ਤੁਸੀਂ ਜੇਕਰ ਨਿਊ ਬ੍ਰਾਂਸਵਿਕ ਰਹਿੰਦੇ ਹੋ ਅਤੇ ਉੱਥੇ ਰਹਿ ਕੇ ਤੁਸੀਂ Tier 0, 1, 2, 3 ਦੀ ਇੱਕ ਜੋਬ ਲੱਭ ਲੈਂਦੇ ਹੋ। ਟਰੱਕ ਡਰਾਈਵਰ ਵੀ ਆਉਂਦੇ ਨੇ ਕਈਆਂ ਫੈਕਟਰੀਆਂ ਦੇ ਵਿੱਚ, ਜਾਂ ਸੁਪਰਵਾਈਜ਼ਰ ਲੈਵਲ ਦੀਆਂ ਜੋਬਾਂ ਵੀ ਆਉਂਦੀਆਂ ਨੇ, ਪਰ ਫੂਡ ਸੈਕਟਰ ਵਾਲੇ ਇਹ 'ਚ ਨਹੀਂ ਆਉਂਦੇ। ਫੂਡ ਨੂੰ ਛੱਡ ਕੇ ਤੁਸੀਂ ਹੋਰ ਕਿਸੇ ਵਾਲਮਾਰਟ, ਕਿਸੇ ਕਨਵੀਨੀਅੰਸ ਸਟੋਰ, ਜਿੱਥੇ ਮਰਜ਼ੀ ਸੁਪਰਵਾਈਜ਼ਰ ਲੈਵਲ ਦੀ ਜੋਬ ਲੈ ਲਓ, ਜਾਂ ਆਫਿਸ ਐਡਮਿਨ ਦੀ ਜੋਬ ਲੈ ਲਵੋ, ਤਾਂ ਨਿਊ ਬ੍ਰਾਂਸਵਿਕ ਦੇ ਤੁਸੀਂ ਰਹਿ ਕੇ 1 ਸਾਲ ਦਾ ਐਕਸਪੀਰੀਅੰਸ ਗੇਨ ਕਰਨ ਤੋਂ ਬਾਅਦ, ਅਤੇ ਆਇਲਸ ਵਿੱਚੋਂ ਤੁਹਾਨੂੰ ਮੇਰੇ ਖਿਆਲ 165 ਨੰਬਰ ਲੈਣੇ ਪੈਣਗੇ, 100 ਚੋਂ 68 ਨੰਬਰ ਬਣਾਉਣੇ ਪੈਂਦੇ ਨੇ। ਤਾਂ ਤੁਸੀਂ ਜੇਕਰ ਤੁਹਾਡਾ ਸਪਾਊਸ ਤੁਹਾਡੇ ਨਾਲ ਆ ਤਾਂ ਵੀ ਉਹਦਾ ਬੈਨੀਫਿਟ ਹੋ ਸਕਦਾ, ਉਹਦੇ ਐਕਸਟਰਾ ਨੰਬਰ ਮਿਲਦੇ ਨੇ। ਇਸ ਫੋਨ ਦੀ ਬਹੁਤੀ ਡਿਟੇਲ ਦੇ ਲਈ ਤੁਸੀਂ ਜਿਹੜੀ ਗੱਲਬਾਤ ਹੈਗੀ ਆ ਜੀ ਉਹ ਕਰਨੀ ਹੈ TS ਇਮੀਗ੍ਰੇਸ਼ਨ ਦੇ ਨਾਲ। TS ਇਮੀਗ੍ਰੇਸ਼ਨ ਦਾ ਜਿਹੜਾ ਐਡਰੈਸ ਹੈ ਜੀ ਉਹ ਚੇਂਜ ਹੋ ਚੁੱਕਿਆ। ਅੱਗੇ ਬਰੈਂਪਟਨ ਦੇ ਵਿੱਚ ਇਹ 275 ਗਾਰਡਨ ਬਰੁੱਕ ਦੇ ਉੱਪਰ ਹੁੰਦੇ ਸਨ, ਪਰ ਹੁਣ ਇਹ ਮੂਵ ਹੋ ਕੇ ਚਲੇ ਗਏ ਹਨ ਜੀ 100 ਵਿਲਕਿਨਸਨ ਰੋਡ ਬਰੈਂਪਟਨ। ਸਟੀਲਜ਼ ਅਤੇ ਡਿਕਸੀ ਦਾ ਕਾਰਨਰ ਆ,
410 ਹਾਈਵੇ, 427 ਹਾਈਵੇ, 401 ਹਾਈਵੇ, ਇਹ ਸਾਰੇ ਇਹਦੇ ਬਿਲਕੁਲ ਕਲੋਜ਼ ਹੈ। ਸੋ ਤੁਹਾਨੂੰ ਹੁਣ ਟਰੈਵਲਿੰਗ ਕਰਨੀ ਬਹੁਤ ਈਜ਼ੀ ਹੋ ਜਾਊਗੀ। ਤੁਸੀਂ ਆਪਦੇ ਘਰ ਤੋਂ ਖੜ੍ਹ ਕੇ ਗੂਗਲ 'ਤੇ ਇੱਕ ਵਾਰ TSA ਇਮੀਗ੍ਰੇਸ਼ਨ ਪਾ ਕੇ ਦੇਖੋ, ਤੁਹਾਨੂੰ ਆਈਡੀਆ ਹੋ ਜਾਵੇਗਾ ਤੁਸੀਂ ਕਿੰਨੀ ਕੁ ਦੂਰ ਰਹਿ ਰਹੇ ਹੋ। ਠੀਕ ਹੈ ਜੀ, ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਬੱਚੇ ਅਗਸਤ ਵਿੱਚ ਗ੍ਰੈਜੂਏਟ ਹੋਣ ਜਾ ਰਹੇ ਹਨ, ਕਿਉਂਕਿ ਅਗਸਤ ਦੇ ਆਲਮੋਸਟ ਦਿਨ ਉਹ ਆ ਚੁੱਕੇ ਹਨ ਜਦੋਂ ਹੁਣ ਤੁਹਾਡੀਆਂ ਗ੍ਰੈਜੂਏਸ਼ਨ ਕੰਪਲੀਟ ਹੋ ਜਾਣਗੀਆਂ, ਪੜ੍ਹਾਈ ਖਤਮ ਹੋ ਜਾਵੇਗੀ, ਤਾਂ ਹੁਣ ਤੁਹਾਡੀ ਕੋਨਵੋਕੇਸ਼ਨ ਆਵੇਗੀ ਜੀ ਹੁਣ ਤੋਂ 3 ਕੁ ਮਹੀਨਿਆਂ ਬਾਅਦ। ਚਲੋ ਇਹ ਤਾਂ ਕਾਲਜ ਦੀ ਮਰਜ਼ੀ ਹੈ ਕਦੋਂ ਕਰਦੇ ਨੇ, ਪਰ ਅਰਾਊਂਡ 3 ਕੁ ਮਹੀਨੇ ਬਾਅਦ ਆਉਂਦੀ ਹੁੰਦੀ ਹੈ ਇਹ। ਤਾਂ ਤੁਸੀਂ ਕੀ ਕਰਨਾ ਹੈ, ਤੁਸੀਂ ਜੇਕਰ ਆਪਦੇ ਮਾਂ ਬਾਪ, ਭੈਣ ਭਰਾ ਜਾਂ ਕਿਸੇ ਰਿਸ਼ਤੇਦਾਰ ਨੂੰ ਕੈਨੇਡਾ ਨੂੰ ਕੋਨਵੋਕੇਸ਼ਨ 'ਤੇ ਵਿਜ਼ਿਟਰ ਬੁਲਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲਜ ਤੋਂ ਉਹਨਾਂ ਦੇ ਨਾਮ ਦਾ ਇੱਕ ਇਨਵੀਟੇਸ਼ਨ ਲੈਟਰ ਪਹਿਲਾਂ ਲੈ ਲਿਆ ਜੋ, ਪਰ ਉਹਨੂੰ ਅਪਲਾਈ ਤੁਸੀਂ ਹੁਣੇ ਕਰ ਦਿਓ। ਉਹਦਾ ਰੀਜ਼ਨ ਇਹ ਹੈ ਕਿ ਵਿਜ਼ਿਟਰ ਵੀਜ਼ੇ ਨੂੰ ਵੀ ਹੁਣ 2 ਤੋਂ ਲੈ ਕੇ 3 ਮਹੀਨੇ ਦਾ ਟਾਈਮ ਲੱਗ ਰਿਹਾ ਵਾ। ਜੇ ਤੁਸੀਂ ਇਹਦੇ ਬਾਰੇ ਕੋਈ ਹੋਰ ਡਿਟੇਲ ਲੈਣੀ ਹੈ ਜਾਂ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੰਡੀਆ ਦਾ ਵਟਸਐਪ ਨੰਬਰ ਹੈ ਜੀ 9913-9013-13, ਉਹਦੇ ਉੱਪਰ ਜਾ ਕੇ ਇੱਕ ਮੈਸੇਜ ਕਰੋ ਕੋਨਵੋ, CONVO, ਇਸ ਨੰਬਰ 'ਤੇ ਜਾ ਕੇ ਮੈਸੇਜ ਕਰਕੇ 9913-9013-13, 9913 ਵਾ ਅਤੇ 9013 ਵੀ 13 ਨੰਬਰ ਹੈ ਜੀ ਸੁਮਗਲੇ ਪਾਸੇ। ਸੋ ਤੁਸੀਂ ਗੱਲਬਾਤ ਕਰ ਸਕਦੇ ਹੋ TSA ਇਮੀਗ੍ਰੇਸ਼ਨ ਦੇ ਨਾਲ। ਅਤੇ ਜਿਹੜੀ ਅਗਲੀ ਸਭ ਤੋਂ ਵੱਡੀ ਖਬਰ ਇਹ ਆਈ ਹੈ ਜੀ ਕਮਲਾ ਹੈਰਿਸ, ਜਦੋਂ ਜੋ ਬਾਈਡਨ ਹੋਣਿਆਂ ਦੇ ਨਾਲ ਡਿਬੇਟ ਹੋਈ ਟਰੰਪ ਹੋਣਾਂ ਦੀ, ਤਾਂ ਜੋ ਬਾਈਡਨ ਹੋਣੇ ਬਹੁਤ ਏਜਡ ਹੋ ਚੁੱਕੇ ਹਨ, ਵੈਸੇ ਟਰੰਪ ਅਤੇ ਜੋ ਬਾਈਡਨ ਕੋਈ ਬੜਾ ਫਰਕ ਨਹੀਂ ਹੈ, ਕੋਈ 1-2 ਸਾਲ ਦਾ ਫਰਕ ਹੀ ਹੈ, ਦੋਨੋਂ ਏਜਡ ਨੇ ਵੈਸੇ, ਪਰ ਜਿਹੜੀ ਬਾਈਡਨ ਦੀ ਪਰਫੋਰਮੈਂਸ ਸੀ ਉਹ ਬਹੁਤ ਮਾੜੀ ਰਹਿਣ ਕਰਕੇ ਟਰੰਪ ਜਿੱਤਦਾ ਨਜ਼ਰ ਆ ਰਿਹਾ ਸੀ। ਪਰ ਹੁਣ ਇੱਕ ਨਵੀਂ ਸਟੱਡੀ ਇਹ ਦੱਸਦੀ ਹੈ ਕਿ ਅਮੈਰੀਕਾ ਦੇ ਵਿੱਚ ਟਰੰਪ ਨੂੰ ਹਰਾ ਸਕਦੀ ਹੈ ਜੀ ਕਮਲਾ ਹੈਰਿਸ। ਤੁਹਾਨੂੰ ਕੀ ਲੱਗੇ ਕਮਲਾ ਹੈਰਿਸ ਨਾਲ, ਸਾਨੂੰ ਕੀ ਲੱਗੇ ਕਮਲਾ ਹੈਰਿਸ ਨਾਲ, ਨਹੀਂ ਲੱਗੇ, ਲਾਉਣਾ ਪੈਣਾ ਹੈ। ਆਹ ਮੈਨੂੰ ਦੱਸਦਾ ਕਿਵੇਂ ਲਾਉਣਾ ਪੈਣਾ, ਤੁਸੀਂ ਸਟੂਡੈਂਟ ਹੋ ਕੈਨੇਡਾ ਦੇ ਵਿੱਚ, ਜੋਬ ਚਾਹੀਦੀ ਆ ਨਾ, ਚਾਹੀਦੀ ਹੈ ਨਾ ਜੋਬ, ਜੇ ਉੱਧਰ ਕਮਲਾ ਹੈਰਿਸ ਜਿੱਤਦੀ ਆ ਜਾਂ ਟਰੰਪ ਜਿੱਤਦਾ, ਉਹਦਾ ਅਸਰ ਓਵਰਆਲ ਵਰਲਡ ਦੀ ਇਕੋਨਮੀ 'ਤੇ ਪੈਂਦਾ ਵਾ, ਕੈਨੇਡਾ ਦੇ ਉੱਪਰ ਖਾਸ ਕਰਕੇ, ਕਿਉਂਕਿ ਸਾਡਾ ਬਹੁਤ ਜ਼ਿਆਦਾ ਵਪਾਰ ਅਮੈਰੀਕਾ ਨਾਲ ਆ, ਅਤੇ ਉਹਦੇ ਕਰਕੇ ਕੈਨੇਡਾ ਦੇ ਵਿੱਚ ਜੋਬਾਂ ਵੱਧਦੀਆਂ ਘੱਟਦੀਆਂ ਨੇ। ਹੁਣ ਜੋਬ ਲੈਣੀ ਹੈ ਕਿ ਨਹੀਂ ਲੈਣੀ, ਸੋ ਤੁਹਾਨੂੰ ਖਬਰ ਸੁਣਨੀ ਪੈਣੀ ਹੈ ਕਿ ਕਮਲਾ ਹੈਰਿਸ ਜਿੱਤਦੀ ਆ ਕਿ ਟਰੰਪ ਜਿੱਤਦਾ। ਸੋ ਕਮਲਾ ਹੈਰਿਸ ਜਿੱਤ ਰਹੀ ਹੈ ਜੀ, ਇਹਨਾਂ ਦੇ ਮੁਤਾਬਕ ਇਸ ਵੇਲੇ 5 ਨਵੰਬਰ ਨੂੰ ਚੋਣਾਂ ਹੋਣੀਆਂ ਉੱਥੇ, ਕਮਲਾ ਹੈਰਿਸ ਜਿਹੜੀ ਹੈਗੀ ਉਹ 46% ਦੇ ਉੱਪਰ ਹੈ ਜੀ, ਅਤੇ ਟਰੰਪ ਹੋਣੀ ਇਸ ਵੇਲੇ 43% ਦੇ ਉੱਪਰ ਆ। ਜਿੰਨੀਆਂ ਵੀ ਮੈਂ ਤੁਹਾਨੂੰ ਖਬਰਾਂ ਦੇਊਂਗਾ ਨਾ, ਫਿਰ ਮੈਂ ਗੱਲ ਕਰਦਾ ਹੁੰਦਾ ਕਿ ਮੈਂ ਇਸ ਤਰ੍ਹਾਂ ਪ੍ਰੋਗਰਾਮ ਪੇਸ਼ ਕਰਦਾ ਹੁੰਦਾ ਕਿ ਜੇ ਮੈਂ ਤੁਹਾਡੇ ਵਾਂਗੂ ਸੁਣ ਰਿਹਾ ਹੋਵਾਂ ਪ੍ਰੋਗਰਾਮ ਬਹਿ ਕੇ, ਤਾਂ ਮੈਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਲੱਗਣਗੀਆਂ। ਹਰ ਇੱਕ ਗੱਲ ਤੁਹਾਡੇ ਨਾਲ ਜੁੜਦੀ ਹੋਊਗੀ, ਤੁਸੀਂ ਕੈਨੇਡਾ ਵਿੱਚ PR ਹੋ, ਸਿਟੀਜ਼ਨ ਹੋ, ਸਟੂਡੈਂਟ ਹੋ, ਕੱਚੇ ਹੋ, ਪੱਕੇ ਹੋ, ਰਿਫਿਊਜੀ ਹੋ, ਕੋਈ ਵੀ ਸਟੈਟਸ ਤੁਹਾਡਾ ਹੈਗਾ, ਤੁਹਾਡੇ ਕੰਮ ਦੀਆਂ ਗੱਲਾਂ ਹੋਣਗੀਆਂ। ਯਵਲੀਆਂ ਨਾ ਕਦੇ ਪਹਿਲਾਂ ਮਾਰੀਆਂ, ਨਾ ਕੁਦਰਤ ਨੇ ਇਹੋ ਜਿਹੀ ਬਖਸ਼ਿਸ਼ ਕੀਤੀ ਹੈ ਕਿ ਆਪਾਂ ਇੱਥੇ ਬਹਿ ਕੇ ਤੁਹਾਡਾ ਟਾਈਮ ਖਰਾਬ ਕਰੀਏ। ਚਲੋ ਖੈਰ, ਅਗਲੀ ਗੱਲ ਪਰ ਚੱਲਦੇ ਹਾਂ ਜੀ। ਬਹੁਤ ਸਾਰੇ ਬੱਚੇ ਰੀਸੈਂਟ ਗ੍ਰੈਜੂਏਟ ਹੋ ਰਹੇ ਹਨ, ਉਹਨਾਂ ਦੇ ਜਿਹੜੇ ਵਰਕ ਪਰਮਿਟ ਨੇ ਉਹਨਾਂ ਦੀਆਂ ਡਿਨਾਇਲ ਬਹੁਤ ਜ਼ਿਆਦਾ ਆਉਣਗੀਆਂ, ਕੋਈ ਨਾ ਕੋਈ ਗਲਤੀ ਉਹਨਾਂ ਤੋਂ ਪਿੱਛੇ ਰਹਿ ਜਾਂਦੀ ਮਾੜੀ ਮੋਟੀ, ਕੋਈ ਨਵੇਂ ਆਏ ਹੁੰਦੇ ਕੈਨੇਡਾ ਦੇ ਵਿੱਚ। ਸੋ ਇਸ ਵੇਲੇ ਸਟੱਡੀ ਇਹ ਦੱਸਦੀ ਹੈ ਕਿ ਮਈ ਵਾਲੇ ਬੱਚਿਆਂ ਦੀਆਂ ਰਿਫਿਊਜ਼ਲ ਬਹੁਤ ਆਈਆਂ ਨੇ, ਸੋ ਹੁਣ ਵਰਕ ਪਰਮਿਟ ਦੀ ਫਾਈਲ ਵੀ ਆਪ ਨਾ ਲਾਇਆ ਜੋ, ਸਿਰਫ $200 ਦਾ ਖਰਚਾ ਵਾ, ਇਹ TSA ਇਮੀਗ੍ਰੇਸ਼ਨ ਤੋਂ ਲਵਾ ਲਵੋ ਅਤੇ ਤੁਹਾਡੀ ਰਿਫਿਊਜ਼ਲ ਦੇ ਚਾਂਸ ਘੱਟ ਜਾਣਗੇ। ਹੁਣ ਤੁਹਾਨੂੰ ਰਿਫਿਊਜ਼ਲ ਤੋਂ ਬਚਣ ਦੇ ਲਈ ਕਿਸ ਤਰ੍ਹਾਂ ਦੇ ਡਾਕੂਮੈਂਟ ਨਾਲ ਲਾਉਣੇ ਚਾਹੀਦੇ ਹਨ, ਉਹਨਾਂ ਦੀ ਜੇ ਡਿਟੇਲ ਲੈਣੀ ਆ, ਤਾਂ ਤੁਸੀਂ TSA ਇਮੀਗ੍ਰੇਸ਼ਨ ਦੇ ਟੋਰਾਂਟੋ ਵਾਲੇ ਡੈਂਟਰ ਨੰਬਰ ਦੇ ਉੱਪਰ ਜਾ ਕੇ ਮੈਸੇਜ ਕਰੋ ਵਟਸਐਪ ਦੇ ਉੱਪਰ, WPA ਵਰਕ
ਪਰਮਿਟ ਅਪਲਾਈ WPA ਬਸ ਤੁਹਾਨੂੰ ਇੱਕ ਚੈੱਕਲਿਸਟ ਮਿਲੇਗੀ, ਤੁਸੀਂ ਉਹਦੇ ਨਾਲ ਆਪਣੀ ਜਿਹੜੀ ਵਰਕ ਪਰਮਿਟ ਦੀ ਡਿਨਾਇਲ ਤੋਂ ਬਚ ਸਕਦੇ ਹੋ, TS ਨਾਲ ਗੱਲ ਕਰੋ। ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਇਸ ਵੇਲੇ ਉਹਨਾਂ ਨੂੰ ਜੋਬ ਨਹੀਂ ਮਿਲ ਰਹੀਆਂ ਜਾਂ ਕੋਈ ਇਸ ਤਰ੍ਹਾਂ ਦੀ ਜੋਬ ਨਹੀਂ ਮਿਲ ਰਹੀ ਕਿ ਜਿਹ 'ਚ ਉਹਨਾਂ ਦੀ PR ਹੋ ਸਕੇ, ਤਾਂ ਉਹ ਫੇਕ ਪੇਰੋਲ ਵਗੈਰਾ ਚਲਾਉਣ ਵੱਲ ਵੱਧ ਰਹੇ ਹਨ। ਖਬਰਾਂ ਹੁਣੇ ਵੀ ਆ ਰਹੀਆਂ ਹਨ ਕਿ ਗਵਰਨਮੈਂਟ ਵੀ ਬਹੁਤ ਜ਼ਿਆਦਾ ਐਕਟਿਵ ਹੋਈ ਆ, ਇਹਦੀ ਗੱਲ ਤੁਹਾਡੀਆਂ PNB ਅਪਰੂਵ ਨਹੀਂ ਹੋਈਆਂ ਫੇਕ ਪੇਰੋਲ ਦੇ 'ਚ ਜਾਂ ਹੋ ਵੀ ਗਈਆਂ ਤਾਂ ਲੋਕਾਂ ਨੂੰ PR ਮਿਲਣ ਤੋਂ ਬਾਅਦ ਹੀ ਵਾਪਸ ਲਈਆਂ ਜਾ ਰਹੀਆਂ ਨੇ PR। ਸੋ ਚੰਗੀ ਗੱਲ ਇਹ ਆ ਕਿ ਜੇਕਰ ਤੁਹਾਨੂੰ ਜੋਬ ਨਹੀਂ ਮਿਲ ਰਹੀ ਤਾਂ ਸਭ ਤੋਂ ਵੱਡੀ ਖੁਸ਼ਖਬਰੀ ਤੁਹਾਡੇ ਲਈ ਇਹ ਆ ਕਿ ਤੁਸੀਂ 40 ਘੰਟਿਆਂ ਦਾ ਫੈਬਰੀਕੇਸ਼ਨ ਦਾ ਕੋਰਸ ਕਰ ਲਵੋ। ਇਹਨੂੰ ਵੈਲਡਿੰਗ ਦਾ ਕੋਰਸ ਵੀ ਕਹਿ ਦਿੰਦੇ ਆ, ਫੈਬਰੀਕੇਸ਼ਨ ਵੀ ਕਹਿ ਦਿੰਦੇ ਆ। ਇਹ 'ਚ ਤੁਹਾਨੂੰ ਮਸ਼ੀਨਾਂ ਚਲਾਉਣੀਆਂ ਸਿਖਾ ਦੇਣਗੇ, ਤੁਸੀਂ ਆਪਣੀ ਜੋਬ ਲੱਭ ਕੇ ਆਪਦੇ ਦਮ 'ਤੇ ਇੱਕ 18 ਤੋਂ ਲੈ ਕੇ $30-35 ਦੀ ਜੋਬ ਵੀ ਮਿਲ ਜਾਂਦੀ, ਪਰ ਨਵੇਂ ਬੰਦੇ 'ਚ 18 ਤੋਂ ਸ਼ੁਰੂ ਹੋ ਜਾਂਦੀ 20 ਤੋਂ, ਫਿਰ ਇੱਕ ਸਾਲ ਤੋਂ ਬਾਅਦ ਤੁਹਾਡੇ $40-40 ਦੇ ਘੰਟੇ ਜੋਬ ਤੁਹਾਨੂੰ ਮਿਲ ਜਾਂਦੀ ਇਸ ਕੰਮ ਦੇ ਵਿੱਚ। ਸੋ ਵੈਲਡਿੰਗ ਦਾ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਿਰਫ $2500 ਦਾ ਖਰਚਾ ਟ੍ਰੇਨਿੰਗ ਦਾ, 40 ਘੰਟਿਆਂ ਦਾ ਕੋਰਸ ਆ। ਡਿਟੇਲ ਮੈਂ ਤੁਹਾਨੂੰ ਦੇ ਦਿੰਦਾ। ਬਾਅਦ 'ਚ ਹੁੰਦਾ ਜੀ CWB ਦਾ ਲਾਇਸੈਂਸ, ਕੈਨੇਡੀਅਨ ਵੈਲਡਿੰਗ ਬਿਊਰੋ ਤੋਂ। ਜੇ ਤੁਸੀਂ ਗੱਡੀ ਸਿੱਖ ਲੈਂਦੇ ਹੋ ਫਿਰ ਤੁਸੀਂ ਟੈਸਟ ਦਿੰਦੇ ਹੋ, ਲਾਇਸੈਂਸ ਲੈਂਦੇ ਹੋ। ਸਿਮਲਰ ਵੇ ਤੁਸੀਂ ਟ੍ਰੇਨਿੰਗ ਲੈਂਦੇ ਹੋ ਵੈਲਡਿੰਗ ਮਸ਼ੀਨ ਚਲਾਉਣ ਦੀ, ਉਹ ਤੋਂ ਬਾਅਦ ਤੁਹਾਡੇ ਕੋਲ CWB ਵਾਲੇ ਇੱਥੇ ਸਕੂਲ 'ਚ ਆਉਂਦੇ ਨੇ, ਉਹ ਤੁਹਾਡਾ ਟੈਸਟ ਲੈਂਦੇ ਨੇ, ਪਾਸ ਕਰੋ, ਜੋਬ ਅਪਲਾਈ ਕਰੋ। ਲੋਕਾਂ ਨੂੰ ਐਵਰੇਜ ਹਫ਼ਤੇ ਤੋਂ ਲੈ ਕੇ 10 ਦਿਨਾਂ ਜੋਬ ਮਿਲ ਰਹੀ ਆ, ਅਤੇ 6 ਮਹੀਨਿਆਂ ਦੇ ਐਕਸਪੀਰੀਅੰਸ ਨਾਲ ਵੀ, 1 ਸਾਲ ਦੇ ਐਕਸਪੀਰੀਅੰਸ ਨਾਲ ਵੀ, ਕੈਨੇਡਾ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ, ਪੂਰੀ ਕੈਨੇਡਾ ਦੇ ਵਿੱਚ ਇਹ ਆਕੂਪੇਸ਼ਨ ਇਨ ਡਿਮਾਂਡ ਆ। ਤੁਸੀਂ ਆਪਣੇ ਦਮ ਦੇ ਉੱਪਰ PR ਹੋਵੋ, ਬਾਅਦ ਵਿੱਚ ਨਾ ਕੋਈ ਖਤਰਾ ਅਤੇ ਨਾ ਕੋਈ ਬਾਅਦ ਚਿੱਠੀ ਆਉਣ ਦਾ ਡਰ। ਹੀਰੋ ਵੈਲਡਿੰਗ ਨਾਲ ਗੱਲ ਕਰਨੀ ਚਾਹੁੰਦੇ ਹੋ ਜੀ ਤਾਂ ਮੈਂ ਤੁਹਾਨੂੰ ਹੀਰੋ ਵੈਲਡਿੰਗ ਦਾ ਨੰਬਰ ਦੇ ਦਿੰਦਾ ਜੀ, ਆ ਚੁੱਕੋ ਜੀ, ਹੀਰੋ ਵੈਲਡਿੰਗ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਆ ਰਿਹਾ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈ ਜੀ ਕਿ ਬਹੁਤ ਸਾਰੇ ਲੋਕ ਪਹਿਲਾਂ ਕੈਨੇਡਾ ਵਿਜ਼ਿਟਰ ਕਰ ਚੁੱਕੇ ਨੇ, ਵਿਜ਼ਿਟਿੰਗ 'ਤੇ ਆ ਕੈਨੇਡਾ ਦਾ ਉਹਨਾਂ ਕੋਲ ਵਿਜ਼ਿਟਰ ਵੀਜ਼ਾ ਹੈ ਤਾਂ ਕੈਨੇਡਾ ਆਉਂਦੇ ਰਹਿੰਦੇ ਨੇ, ਪਰ ਜਦੋਂ ਹੁਣ ਵਾਪਸ ਮੁੜ ਰਹੇ ਨੇ ਤਾਂ ਉਹਨਾਂ ਨੂੰ ਡਿਨਾਇਲ ਮਿਲ ਰਹੀ ਆ। ਬੇਸ਼ੱਕ ਉਹ ਕੈਨੇਡਾ ਆਏ ਸੀ, ਵਾਪਸ ਮੁੜ ਗਏ, ਉਹਦਾ ਕੀ ਰੀਜ਼ਨ ਆ? ਮੈਂ ਅੱਗੇ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ, ਬੇਸ਼ੱਕ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਬਹੁਤ ਚਿਰ ਤੋਂ, ਜਦੋਂ ਅਸੀਂ ਕੈਨੇਡਾ ਤੋਂ ਅਮੈਰੀਕਾ ਦਾ ਬਾਰਡਰ ਕ੍ਰੋਸ ਕਰਦੇ ਹਾਂ ਨਾ, ਸਵਾਲ ਜਵਾਬ ਤਾਂ ਸਾਨੂੰ ਵੀ ਦੇਣੇ ਪੈਂਦੇ ਆ। ਮੈਂ ਤੁਹਾਨੂੰ ਕੋਈ ਦੱਸਿਆ ਕਿ ਮੈਂ ਹੋਲੈਂਡ ਗਿਆ ਹੋਇਆ, ਮੈਂ ਫਰਾਂਸ ਗਿਆ ਹੋਇਆ, ਮੈਂ ਇੰਗਲੈਂਡ ਗਿਆ ਹੋਇਆ, ਮੈਂ ਗ੍ਰੀਸ ਗਿਆ ਹੋਇਆ, ਮੈਂ ਦੁਬਈ ਗਿਆ ਹੋਇਆ, ਮੈਂ ਥਾਈਲੈਂਡ ਗਿਆ ਹੋਇਆ, ਮੈਂ ਦੁਨੀਆ ਦੀਆਂ ਬਹੁਤ ਕੰਟਰੀ ਕੱਢੀਆਂ, ਡੋਮਿਨਿਕਨ ਰਿਪਬਲਿਕ, ਕਿਊਬਾ, ਮੈਕਸੀਕੋ ਦੇ ਨਾਲ ਹੋ, ਹਰ ਥਾਂ 'ਤੇ ਪੁੱਛਦੇ ਆ ਅਗਲੇ ਬਾਈ ਕਿੱਧਰ ਚੱਲੇ ਹਾਂ, ਕਿਹਨੂੰ ਮਿਲ ਚੱਲੇ ਹਾਂ, ਟਿਕਟ ਵਿਖਾਓ, ਪੇਪਰ ਵਿਖਾਓ, ਕਦੋਂ ਮੁੜੋਗੇ? ਇਹ ਨਹੀਂ ਹੈ ਕਿ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੁਣ ਜੱਜ ਬਣ ਗਏ ਆਪਾਂ, ਸਾਨੂੰ ਪੁੱਛਣ ਨਹੀਂ ਗਏ ਨੇ, ਪੁੱਛਣ ਵਾਲੇ ਵੀ ਕੈਨੇਡਾ ਵਾਲੇ ਹੀ ਹੈ ਨਾ। ਸੋ ਉਹਨਾਂ ਕੋਲ ਫੁੱਲ ਅਥੋਰਿਟੀ ਆ। ਜਿਹੜੇ ਬੱਚੇ ਬੰਦਿਆਂ ਨੂੰ ਕੈਨੇਡਾ ਦੇ ਬਾਰਡਰ ਤੋਂ ਮੋੜਿਆ ਜਾ ਰਿਹਾ, ਉਹ ਕਹਿੰਦੇ ਜੀ ਸਾਡਾ ਧੱਕਾ ਕੀਤਾ, ਹੁਣ ਰੂਟ ਬੋਲਦੇ ਆ, ਰੂਟ ਨਹੀਂ ਬੋਲਦੇ, ਉਹਨਾਂ ਦੀ ਡਿਊਟੀ ਹੈ, ਉਹਨਾਂ ਦੀ ਜੋਬ ਹੈ, ਉਹ ਤੁਹਾਡੇ ਤੋਂ ਸੱਚ ਸੁਣਨਾ ਚਾਹੁੰਦੇ ਨੇ, ਤੁਸੀਂ ਸੱਚ ਬੋਲਦੇ ਨਹੀਂ ਫਿਰ ਉਹ ਕਈ ਵਾਰੀ ਖਿੱਚ ਜਾਂਦੇ ਆ, ਅਤੇ ਫਿਰ ਪੁਲਿਸ ਵਾਲਾ ਤਾਂ ਫਿਰ ਪੁਲਿਸ ਵਾਲੇ ਆ ਜੀ। ਸੋ ਖਬਰ ਹੁਣ ਇਹ ਆ ਕਿ ਜੇ ਤੁਸੀਂ ਕੈਨੇਡਾ ਨੂੰ ਦੁਬਾਰਾ ਵਾਪਸ ਮੁੜਨਾ ਚਾਹੁੰਦੇ ਹੋ ਤਾਂ ਕੋਈ ਨਾ ਕੋਈ ਰੀਜ਼ਨ ਤੁਹਾਡੇ ਕੋਲ ਹੋਣਾ ਚਾਹੀਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਅਸੀਂ ਤਾਂ ਊਂ ਚੱਲੇ ਹਾਂ, ਊਂ ਕੁਛ ਨਹੀਂ ਹੁੰਦਾ ਗਾ, ਐਂ ਨਹੀਂ ਕਰਨਾ ਅੱਗੋਂ, ਦੱਸਣਾ ਹੈ ਕਿੱਧਰ ਚੱਲੇ ਹੋ, ਕਿਉਂ ਚੱਲੇ ਹੋ, ਕਦੋਂ ਮੁੜੋਗੇ, ਡਿਟੇਲ ਦਿਓ ਪ੍ਰੋਪਰ, ਭਾਵੇਂ ਦੂਜੇ ਦਿਨ ਮੁੜਿਆ ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੈ ਜੀ। ਜੇ ਇੰਡੀਆ ਤੋਂ ਵਿਜ਼ਿਟਰ ਵੀਜ਼ਾ ਲਵਾਉਣਾ ਚਾਹੁੰਦੇ ਹੋ ਤਾਂ ਗੱਲ ਕਰ ਲਓ TS ਇਮੀਗ੍ਰੇਸ਼ਨ ਦੇ ਨਾਲ, ਠੀਕ ਹੈ ਜੀ। ਸੋ ਅਗਲਾ ਜਿਹੜੀ ਆਪਣੇ ਕੋਲ ਖਬਰ ਹੈ ਉਹ ਹੈ ਜੀ, ਅਮੈਰੀਕਾ ਦੇ ਵਿੱਚ ਜਿਹੜੇ ਘਰ ਹਨ ਉਹ ਕਹਿੰਦੇ ਕਿ ਉਹਨਾਂ ਦੇ ਸਾਈਜ਼ ਛੋਟੇ ਹੋ ਰਹੇ ਆ, ਮਹਿੰਗਾਈ ਵਧਣ ਕਰਕੇ ਲੋਕ, ਫਿਰ ਗੱਲ ਇਹ ਆ ਗਈ ਪਹੁੰਚੀ, ਤੁਸੀਂ ਕੈਨੇਡਾ ਬੈਠੇ ਹੋ, ਅਮੈਰੀਕਾ ਵਾਲਾ ਕੀ ਲੈਣ ਦੇਣ? ਭਾਈ ਸਾਹਿਬ ਲੈਣ ਦੇਣ ਹੈ,
ਹਰ ਚੀਜ਼ ਦਾ ਅਸਰ ਪੂਰੀ ਦੁਨੀਆ ਦੀ ਮਾਰਕੀਟ ਦੇ ਉੱਪਰ ਪੈਂਦਾ ਵਾ, ਅਤੇ ਉਹਦੇ ਨਾਲ ਤੁਹਾਡੀਆਂ ਜੌਬਾਂ ਵੱਧਦੀਆਂ ਘੱਟਦੀਆਂ ਨੇ, ਉਹਦੇ ਨਾਲ ਮਹਿੰਗਾਈ ਵੱਧਦੀ ਘੱਟਦੀ ਆ। ਮੈਂ ਉਹ ਖਬਰਾਂ ਨਹੀਂ ਸੁਣਾਊਂਗਾ ਜਿਨ੍ਹਾਂ ਨਾਲ ਕੋਈ ਅਸਰ ਨਾ ਪਵੇ ਤੁਹਾਡੀ ਜ਼ਿੰਦਗੀ ਦੇ ਉੱਪਰ, ਤੁਹਾਡੇ ਨਾਲ ਉਹੀ ਗੱਲ ਕਰੂੰਗਾ ਜਿਹਦਾ ਵਾਕਿਆ ਹੀ ਕੋਈ ਇਫੈਕਟ ਪੈਂਦਾ ਹੈ। ਤੁਸੀਂ ਵੇਖ ਵੀ ਲਿਆ ਹੁਣ ਕੋਵਿਡ ਨੇ ਵੈਸੇ ਲੋਕਾਂ ਨੂੰ ਦੱਸਤਾ ਕਿ ਇੱਕ ਬੰਦੇ ਤੋਂ ਦੁਨੀਆ ਕਿਵੇਂ ਦੂਜੀ ਦੇ ਨਾਲ ਜੁੜੀ ਹੋਈ ਆ। ਸੋ ਸਾਰੇ ਜੁੜੇ ਹੋਏ ਹਾਂ। ਸਰਬੱਤ ਦੇ ਭਲੇ ਦੀ ਗੱਲ ਗੁਰਬਾਣੀ ਵੀ ਤਾਂ ਹੀ ਕਰਦੀ ਸੀ ਕਿ ਭਾਈ ਇਕੱਲਾ ਆਪਦਾ ਭਲਾ ਨਾ ਕਰੀ ਜਾਓ, ਸਰਬੱਤ ਦੇ ਭਲੇ 'ਚ ਵਿਸ਼ਵਾਸ ਰੱਖੋ। ਸਾਡੀ ਜਿਹੜੀ ਕਲਚਰ ਹੈ ਨਾ, ਮੈਂ ਇੱਥੇ ਇਹ ਕਹਿੰਦੀ ਹਾਂ ਕਿ ਅਸੀਂ ਬੜੇ ਮਾਣ ਆ ਚੱਕ ਦਾਂਗੇ ਫੱਟੇ, ਨਾ ਭਾਈ ਸਾਹਿਬ, ਜੇ ਅਸੀਂ ਮਾਣ ਹੁੰਦੇ ਨਾ ਤਾਂ ਗੋਰੇ ਸਾਡਿਆਂ ਦੇਸ਼ਾਂ 'ਚ ਹੁੰਦੇ, ਅਸੀਂ ਇੱਥੇ ਕੀ ਕਰਨਾ ਹੈ ਫਿਰ? ਅਸੀਂ ਕੋਈ ਮਾਣ ਮੂਣ ਨਹੀਂ ਗੇ, ਸਾਡੇ 'ਚ ਕੁਝ ਚੀਜ਼ਾਂ ਬਹੁਤ ਚੰਗੀਆਂ ਨੇ, ਪਰ ਜਿਹੜੀਆਂ ਮਾੜੀਆਂ ਨੇ ਅਸੀਂ ਉਹਦੀ ਗੱਲ ਵੀ ਕਰਾਂਗੇ। ਗੁਰਬਾਣੀ ਸਾਨੂੰ ਸਰਬੱਤ ਦੇ ਭਲੇ ਬਾਰੇ ਕਹਿੰਦੀ ਰਹੀ, ਪਰ ਅਸੀਂ ਸਰਬੱਤ ਦਾ ਭਲਾ ਕਦੇ ਕੀਤਾ ਨਹੀਂ। ਗੋਰਿਆਂ ਨੂੰ ਪਤਾ ਹੈ ਕਿ ਜੇ ਸਮਾਜ ਵਧੀਆ ਹੋਵੇਗਾ ਨਾ, ਸਮਾਜ ਸਿਸਟਮ ਵਧੀਆ ਹੋਵੇਗਾ, ਫਿਰ ਸਾਡਾ ਘਰ ਬਚੇਗਾ। ਉੱਥੇ ਕੀ ਹੋਇਆ ਕਿ ਬਹੁਤ ਜ਼ਿਆਦਾ ਅਮੀਰ ਬਹੁਤ ਜ਼ਿਆਦਾ ਅਮੀਰ ਆ, ਬਹੁਤ ਜ਼ਿਆਦਾ ਗਰੀਬ ਬਹੁਤ ਜ਼ਿਆਦਾ ਗਰੀਬ ਆ। ਅਮੀਰ ਨੂੰ ਇਹ ਹੰਕਾਰ ਆ ਕਿ ਮੈਂ ਰਿਚ ਹਾਂ, ਗਰੀਬ ਨੂੰ ਇਹ ਫਰਸਟ੍ਰੇਸ਼ਨ ਆ ਕਿ ਮੈਂ ਰਿਚ ਕਿਉਂ ਨਹੀਂ ਗਾ। ਇਹਨਾਂ ਨੇ ਪਹਿਲਾਂ ਇਹ ਫਾਸਲਾ ਵੇੜਿਆ, ਸਰਬੱਤ ਦੇ ਭਲੇ ਦੀ ਅਰਦਾਸ ਨਹੀਂ ਕੀਤੀ, ਸਰਬੱਤ ਦੇ ਭਲੇ ਲਈ ਕੰਮ ਕੀਤਾ। ਅਤੇ ਜਦੋਂ ਵਾਕਈ ਪੂਰੀ ਸਿਸਟਮ ਇੱਕੋ ਜਿਹਾ ਹੋ ਗਿਆ, ਜਾਂ ਲੋਕ ਸਿਆਣੇ ਹੋ ਗਏ, ਜਾਂ ਪੜ੍ਹਾਏ ਲਿਖਾਏ ਗਏ, ਤਾਂ ਉਦੋਂ ਬਾਅਦ ਸਰਬੱਤ ਦਾ ਭਲਾ ਹੋਇਆ। ਇਸ ਤਰ੍ਹਾਂ ਹੁੰਦੇ ਹਨ ਸਰਬੱਤ ਦੇ ਭਲੇ, ਗੱਲਾਂ ਨਾਲ ਨਹੀਂ ਹੋਣੇ। ਸੋ ਆਪਾਂ ਗੱਲ ਕੀਤੀ ਸੀ ਕਿ US ਦਾ ਅਸਰ ਤਾਂ ਪਵੇਗਾ ਕੈਨੇਡਾ ਦੇ ਉੱਪਰ, ਕਿਉਂਕਿ ਪੂਰੀ ਦੀ ਪੂਰੀ ਮਾਰਕੀਟ ਜਿਹੜੀ ਹੈਗੀ ਵਰਲਡ ਦੀ ਇੱਕ ਦੂਜੇ ਨਾਲ ਜੁੜੀ ਹੋਈ ਆ, ਮਹਿੰਗਾਈ ਵਧਣੀ ਘਟਣੀ ਆ। US ਦੀ ਜਿਹੜੀ ਖਬਰ ਹੈਗੀ ਆ ਜੀ, ਉਹ ਹੈ ਕਿ ਪਹਿਲਾਂ ਐਵਰੇਜ ਲੋਕ 2467 ਸਕੇਅਰ ਫੀਟ ਦਾ ਘਰ ਪਸੰਦ ਕਰਦੇ ਸਨ ਜਾਂ ਲੈਂਦੇ ਸਨ, ਪਰ ਉਹ ਸ਼ਰਿੰਕ ਹੋ ਕੇ ਹੁਣ 2233 ਸਕੇਅਰ ਫੀਟ ਦਾ ਹੋਇਆ। ਉਹਦੇ ਇਹ ਆਸਾਰ ਹਨ ਕਿ ਲੋਕਾਂ ਦਾ ਜਿਹੜਾ ਘਰਾਂ ਦੇ ਵੱਡਿਆਂ ਘਰਾਂ 'ਚ ਰਹਿਣ ਦਾ ਜਿਹੜਾ ਸਿਸਟਮ ਹੈ ਉਹ ਚੇਂਜ ਹੋ ਜਾਵੇਗਾ, ਅਤੇ ਲੋਕ ਵੱਧ ਤੋਂ ਵੱਧ ਛੋਟਿਆਂ ਘਰਾਂ ਵੱਲ ਨੂੰ ਹੁਣ ਭੱਜਣਗੇ। ਤੁਹਾਡੇ ਉੱਪਰ ਇਸ ਚੀਜ਼ ਦਾ ਤੁਸੀਂ ਇਹ ਕਹੀਏ ਕੀ ਕਹਿਣਾ, ਤੁਹਾਡੀ ਮਰਜ਼ੀ ਹੈ, ਪਰ ਇੱਕ ਇਹਦਾ ਅਸਰ ਪਵੇਗਾ ਪੂਰੀ ਕੈਨੇਡਾ ਦੇ ਵਿੱਚ, ਕਿਉਂਕਿ ਕਲਚਰ ਜਦੋਂ ਚੇਂਜ ਹੋਣਾ ਉਦੋਂ US ਅਤੇ ਕੈਨੇਡਾ ਦਾ ਕਲਚਰ ਬਰਾਬਰ ਚੇਂਜ ਹੋਣਾ। ਠੀਕ ਹੈ ਜੀ। ਇੱਕ ਹੋਰ ਕੈਨੇਡਾ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਜੀ ਕਿ ਇੰਗਲੈਂਡ ਦੇ ਵਿੱਚ ਇਸ ਵੇਲੇ ਦੰਗੇ ਹੋ ਰਹੇ ਨੇ, ਰਾਇਟਸ ਕਿਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ, ਤੋੜਾ ਫੋੜੀ ਹੋ ਰਹੀ ਹੈ ਉੱਥੇ, ਕੋਈ ਸੁਣਨ ਵਾਲਾ ਨਹੀਂ। ਫਿਲੋਸਫਰ ਲੋਕ ਕਹਿੰਦੇ ਹਨ ਕਿ ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਅਤੇ ਭੀੜ 'ਚ ਕਦੇ ਸਿਆਣੇ ਨਹੀਂ ਹੁੰਦੇ। ਸੋ ਜਿਹੜੀ ਭੀੜ ਹੁੰਦੀ ਨਾ, ਇਹ ਭੇਡਾਂ ਵਰਡ ਤੋਂ ਬਣਿਆ ਹੋਇਆ। ਅਮੈਰੀਕਾ ਦੇ ਵਿੱਚ ਵੀ ਜਦੋਂ ਪਿੱਛੇ ਜੇ ਇੱਕ ਕਾਲਾ ਮਾਰਤਾ ਸੀ, ਉਦੋਂ ਬਾਅਦ 'ਚ ਇਹਨਾਂ ਨੇ ਵੈਸੇ ਤਾਂ ਇਹਨਾਂ ਨੇ ਪ੍ਰੋਟੈਸਟ ਕਰਨਾ ਸੀ ਕਿ ਸਾਨੂੰ ਬਰਾਬਰ ਹੱਕ ਦਿਓ ਜਾਂ ਸਾਨੂੰ ਨਾ ਮਾਰੋ ਕੁੱਟੋ, ਅਤੇ ਉਹ ਦੰਗੇ ਸ਼ੁਰੂ ਹੋ ਗਏ, ਅੱਗਾਂ ਲਾ ਦਿੱਤੀਆਂ ਗਈਆਂ। ਸਿਮਲਰ ਵੇ ਹੁਣ ਇਸ ਵੇਲੇ ਇੰਗਲੈਂਡ ਦੇ ਵਿੱਚ ਚੱਲਦਾ ਪਿਆ। ਇੰਗਲੈਂਡ ਦੇ ਵਿੱਚ ਵੀ ਐਵੇਂ ਆ ਕਿ ਉੱਥੇ ਇੱਕ ਛੋਟੀ ਜਿਹੀ ਕਮਿਊਨਿਟੀ ਦੀ ਰੌਲਾ ਸੀ ਆਪਸ ਵਿੱਚ, ਅਰਮੇਨੀਅਨ ਕਮਿਊਨਿਟੀ ਦਾ ਮੇਰੇ ਖਿਆਲ ਰੌਲਾ ਸੀ ਕੋਈ, ਉਹਨਾਂ ਦਾ ਰੌਲਾ ਸੀਗਾ ਗੋਰਿਆਂ ਦੇ ਨਾਲ, ਕੁਝ ਮੇਰੇ ਖਿਆਲ ਨਾਲ ਕੁਝ ਕਿਸੇ ਕਾਲੇ ਨੇ ਵੀ ਉੱਥੇ ਜਿਹੜਾ ਸੀਗਾ ਉਹਨੇ ਵੀ ਛੋਟੇ ਬੱਚੇ ਮਾਰਤੇ ਸਨ। ਸੋ ਕਈ ਚੀਜ਼ਾਂ ਰਲ ਗਈਆਂ, ਇੱਕ ਪਾਕਿਸਤਾਨੀ ਪਰਿਵਾਰ ਦਾ ਰੌਲਾ ਚੱਲੀ ਜਾਂਦਾ, ਉਹ ਹੁਣ ਲੋਕ ਰੋਡਾਂ ਦੇ ਉੱਪਰ ਆਏ ਹਨ। ਕੈਨੇਡਾ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਆ ਕਿ ਕੋਸ਼ਿਸ਼ ਕਰੋ ਕਿ ਇੰਗਲੈਂਡ ਨੂੰ ਟਰੈਵਲ ਨਾ ਕਰੋ। ਜੇ ਕਰਨਾ ਹੈ ਬਹੁਤ ਜ਼ਿਆਦਾ ਐਮਰਜੈਂਸੀ ਤਾਂ ਕਰ ਲਵੋ, ਪਰ ਜੇ ਜਾਂਦੇ ਹੋ ਤਾਂ ਜ਼ਿਆਦਾ ਸੇਫ ਥਾਵਾਂ ਦੇ ਉੱਪਰ ਜਾਂ ਆਪਦਿਆਂ ਘਰਾਂ ਦੇ ਵਿੱਚ ਰਹੋ। ਠੀਕ ਹੈ ਜੀ, ਅੱਜ ਦੀਆਂ ਕੁਝ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਸਨ। ਅਤੇ ਇੱਕ ਜਿਹੜੀ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਜੀ, ਓਨਟੇਰੀਓ ਦੇ ਲੋਕਾਂ ਲਈ ਮਟੀਰੀਅਲ ਹੈਂਡਲਰਸ ਹੁੰਦੇ ਹਨ, ਜਿਹੜੇ ਵੇਅਰ ਹਾਊਸ ਐਸੋਸੀਏਟ ਵੀ ਹੁੰਦੇ ਨੇ, ਇਹਦੇ ਵਿੱਚ ਫੋਰਕਲਿਫਟ ਚਲਾਉਣ ਵਾਲੇ ਵੀ ਹੁੰਦੇ ਨੇ, ਅਤੇ ਇਹਦੇ ਵਿੱਚ ਬਹੁਤ ਜਿਹੜੀ ਟੀਅਰ 5 ਦੀ ਜੋਬ ਆ, ਬਹੁਤ ਸਾਰੇ ਬੱਚੇ 90-95% ਲੋਕ ਜਦੋਂ ਕੈਨੇਡਾ 'ਚ ਐਂਟਰ ਕਰਦੇ ਨੇ ਤਾਂ ਉਹ ਐਜ਼ ਏ ਮਟੀਰੀਅਲ ਹੈਂਡਲਰ ਹੀ ਜੋਬ ਸ਼ੁਰੂ ਕਰਦੇ ਆ। ਸੋ ਇਹਨਾਂ ਲਈ ਖੁਸ਼ਖਬਰੀ ਇਹ ਆ ਰਹੀ ਹੈ ਜੀ ਕਿ ਜੇਕਰ ਤੁਸੀਂ ਮਟੀਰੀਅਲ ਹੈਂਡਲਰ ਦੀ ਜੋਬ 9 ਮਹੀਨੇ ਦਾ ਐਕਸਪੀਰੀਅੰਸ ਹੁਣ ਤੱਕ ਗੇਨ ਕੀਤਾ ਵਾ, ਤਾਂ ਤੁਸੀਂ ਓਨਟੇਰੀਓ ਵਿੱਚ ਆਪਦੀ PNP ਲਗਾ ਸਕਦੇ ਹੋ।
ਠੀਕ ਹੈ ਜੀ, ਅਸੀਂ ਤੁਹਾਡੇ ਲਈ ਇਜਾਜ਼ਤ ਮੰਗਦੇ ਹਾਂ ਜੀ, ਕਿਉਂਕਿ ਟਾਈਮ ਹੋ ਗਿਆ, ਕਾਫੀ ਲੇਟ ਹੀ ਪ੍ਰੋਗਰਾਮ ਸ਼ੁਰੂ ਕੀਤਾ ਅੱਜ ਆਪਾਂ। ਸੋ ਤੁਸੀਂ ਹਰ ਰੋਜ਼ ਜੁੜਦੇ ਰਿਹਾ ਕਰੋ, ਅਤੇ ਮੈਂ ਵੈਲਡਿੰਗ ਦੀ ਗੱਲ ਦੁਬਾਰਾ ਫਿਰ ਕਰਾਂਗਾ ਕਿ ਵੈਲਡਿੰਗ ਇੱਕ ਇਹੋ ਜਿਹਾ ਕੰਮ ਹੈ ਜਿਹਦੇ ਵਿੱਚ ਪੀ ਐੱਨ ਪੀ ਵੀ ਹੈ, ਪੀ ਆਰ ਵੀ ਹੈ, ਐਕਸਪਰਸ ਐਂਟਰੀ ਤੁਹਾਡੀ ਫਾਰ ਲੱਗ ਜਾਂਦੀ ਆ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ 40 ਘੰਟਿਆਂ ਦੇ ਕੋਰਸ ਤੋਂ ਬਾਅਦ ਸੀ ਡਬਲਯੂ ਬੀ ਦਾ ਲਾਇਸੈਂਸ ਮਿਲ ਜਾਂਦਾ, ਅਤੇ ਤੁਸੀਂ ਜੇ ਵੈਲਡਿੰਗ ਦੇ ਵਿੱਚ ਪੀ ਆਰ ਲੈ ਲੈਂਦੇ ਹੋ ਤਾਂ 1 ਸਾਲ ਦਾ ਐਕਸਪੀਰੀਅੰਸ ਗੇਨ ਕਰੋ, ਬਾਅਦ 'ਚ ਪਾਉਂਦੀ ਆਪਦਾ ਕੰਮ ਸ਼ੁਰੂ ਕਰ ਲਿਆ ਜੋ। ਤੁਸੀਂ ਆਪਣਾ ਪ੍ਰਾਈਵੇਟ ਬਿਜ਼ਨਸ ਵੀ ਖੋਲ੍ਹ ਸਕਦੇ ਹੋ, ਬਹੁਤ ਜ਼ਿਆਦਾ ਬੂਮਿੰਗ ਹੈ ਕੈਨੇਡਾ ਦੇ ਵਿੱਚ, ਹਰ ਥਾਂ ਦੇ ਉੱਪਰ ਵੈਲਡਿੰਗ ਦੀ ਜ਼ਰੂਰਤ ਪੈਂਦੀ ਆ, ਇੱਥੇ ਮਸ਼ੀਨਾਂ ਨਾਲ ਵੈਲਡਿੰਗ ਹੁੰਦਾ ਹੈ। ਸੋ ਤੁਸੀਂ ਜੇ ਇੱਕ ਟੂਰ ਲਾਉਣਾ ਚਾਹੁੰਦੇ ਹੋ ਤਾਂ ਹੀਰੋ ਵੈਲਡਿੰਗ ਨਾਲ ਗੱਲ ਕਰ ਸਕਦੇ ਹੋ ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਸਵਾਲ ਭੇਜਦੇ ਰਿਹਾ ਕਰੋ, ਆਪਾਂ ਤੁਹਾਡੇ ਸਵਾਲਾਂ ਦੇ ਉੱਪਰ ਜਵਾਬ ਕੰਮ ਕਰਾਂਗੇ। ਅੱਜ ਮੈਂ ਬਹੁਤ ਜ਼ਿਆਦਾ ਲੰਮਾ ਪ੍ਰੋਗਰਾਮ ਨਹੀਂ ਕਰ ਪਾਵਾਂਗਾ ਕਿਉਂਕਿ ਮੈਨੂੰ ਥੋੜ੍ਹੀ ਜਿਹੀ ਕਾਹਲੀ ਹੈ, ਮੈਂ ਜਾਣਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਜਿਉਂਦੇ ਵਾਸਤੇ। ਥੈਂਕ ਯੂ ਜਨਾਬ।